ਪਬਲਿਕ ਹੁਣ ਸਿਆਣੀ ਹੋ ਜਾਂਦੀ ਹੈ। ਆਪਾਂ ਪਹਿਲਾਂ ਆਉਂਦੇ ਹੁੰਦੇ ਸੀ ਨਾ ਵੀ ਲੀਡਰ ਪਬਲਿਕ ਨੂੰ ਬੇਵਕੂਫ ਬਣਾਉਂਦੇ ਆ। ਇਹ ਮੈਂ 2022 ਦੀ ਪਹਿਲੀ ਇਲੈਕਸ਼ਨ ਹੋਣੀ ਜਿੱਥੇ ਪਬਲਿਕ ਨੇ ਲੀਡਰਾਂ ਨੂੰ ਬੇਵਕੂਫ ਬਣਾ ਛੱਡਿਆ। ਝੰਡੀਆਂ ਤਿੰਨ ਤਿੰਨ ਲਾਈਆਂ ਵਾ ਆਪਣੇ ਘਰ ਤੇ ਦੁਕਾਨ ਤੇ, ਤਿੰਨ ਝੰਡੀਆਂ ਲਾਈਆਂ। ਇਹ ਕਹਿੰਦਾ ਇਹ ਕਿਹਨੂੰ ਵੋਟ ਪਾਊ, ਕਹਿੰਦਾ ਜਿਹਨਾਂ ਦੀਆਂ ਝੰਡੀਆਂ ਲੱਗੀਆਂ ਨੇ ਤਿੰਨਾਂ ਨੂੰ ਵੋਟ ਨਹੀਂ ਪਾਉਣੀ। ਹੋਇਆ ਇੱਦਾਂ ਹੀ ਝੱਖੜ ਝੁੱਲ ਗਿਆ ਕਾਹਦੇ ਕੋਲੇ, ਝੱਖੜ ਝੁੱਲ ਗਿਆ। ਆਸੂਸ ਨਹੀਂ ਸੀ ਹੈਗੀ ਚੁੱਕ ਕਿਸੇ ਨੂੰ, ਵੱਡੇ ਵੱਡੇ ਥੰਮ ਵੱਡੇ ਵੱਡੇ ਪਿੰਨਰ ਸੁੱਟ ਦਿੱਤੇ ਅਗਲਿਆਂ ਨੇ ਪਲਟਾ ਕੇ ਪਰਾਂ। ਬੜਾ ਕੁਛ ਸਿੱਖਣ ਨੂੰ ਮਿਲਦਾ ਇਹਦੇ ਵਿੱਚ। ਅੱਛਾ ਕਈ ਤੇ ਚੰਗੇ ਫਿਰ ਵੀ ਮਾੜੀ ਮੋਟ ਵਧਾਈ ਦੇ ਜਾਂਦੇ, ਕਈ ਬੋਲੇ ਨੀ ਗੱਲ ਦੇ ਕੁਛ ਕਹੀ ਨੀ, ਬਿਲਕੁਲ ਹੀ ਗੱਲ ਦੇ ਬੋਲੇ। ਅੱਛਾ ਵੇਖੋ ਸਾਰਾ ਕੁਝ ਕਰਕੇ ਵੇਖ ਲਿਆ। ਦੂਜੇ ਬੰਨੇ ਆ ਸੰਤ ਸਮਾਜ, ਸੰਤ ਸਮਾਜ ਨੇ ਵੀ ਪੂਰਾ ਜ਼ੋਰ ਲਾਇਆ ਉਹਨਾਂ ਨੂੰ ਵੀ ਵੋਟਾਂ ਪਾਓ ਜੀ ਅਕਾਲੀ ਦਲ ਨੂੰ। ਇਹਦਾ ਮਤਲਬ ਇਹਨਾਂ ਦੇ ਵੀ ਆਖੇ ਹੁਣ ਕੋਈ ਉੱਚੀ ਬੋਲੋ ਪਿਆਰੇ, ਇਹਨਾਂ ਦੇ ਵੀ ਹੁਣ ਕੋਈ ਆਖੇ ਨਹੀਂ ਲੱਗਦਾ। ਪਤਾ ਲੱਗ ਗਿਆ ਵੀ ਬਾਬਾ, ਬਾਬਿਆਂ ਨੇ ਵੀ ਕਹਿ ਕੇ ਵੇਖ ਲਿਆ, ਬਾਬੇ ਸਾਰੇ ਪੀਐਮ ਦੇ ਕੋਲ ਵੀ ਚਲੇ ਗਏ, ਸਾਰਾ ਕੁਝ ਜ਼ੋਰ ਲਾ ਕੇ। ਵੇਖੋ ਪੁਰਾਣਾ ਸਮਾਂ ਸਮਝ ਲਓ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਭਗਤ ਕਬੀਰ ਜਿਹੜਾ ਵਾਕ ਹੈ, ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ, ਵੀ ਹੇ ਬ੍ਰਾਹਮਣ ਤੂੰ ਸਾਨੂੰ ਆਪਣੀਆਂ ਗਾਵਾਂ ਬਣਾ ਲਿਆ, ਤੂੰ ਸਾਡਾ ਬਣ ਗਿਆ ਗਵਾਲਾ, ਤੂੰ ਸਾਡਾ ਗਵਾਲਾ ਬਣ ਗਿਆ ਤੇ ਸਾਨੂੰ ਤੂੰ ਆਪਣੀਆਂ ਗਾਵਾਂ ਬਣਾ ਲਿਆ। ਪਰ ਕਬੂ ਨਾ ਪਾਰ ਉਤਾਰ ਚਲਾਇਓ ਕੈਸੇ ਖਸਮ ਹਮਾਰੇ, ਪਰ ਤੂੰ ਕਦੀ ਸਾਨੂੰ ਉਹ ਸਿੱਖਿਆ ਨਾ ਦਿੱਤੀ ਤੂੰ ਕਿੱਦਾਂ ਦਾ ਸਾਡਾ ਖਸਮ ਬਣ ਕੇ ਬਹਿ ਗਿਆ। ਬਿਲਕੁਲ ਅੱਜ ਜਿੰਨੇ ਵੀ ਦੇਹਧਾਰੀ ਬਾਬੇ ਆ ਸਾਰੇ ਗਵਾਲੇ ਬਣ ਕੇ ਬੈਠੇ ਆ, ਇਹਨਾਂ ਦੀਆਂ ਆਪਣੀਆਂ ਆਪਣੀਆਂ ਗਾਵਾਂ ਵਾ। ਗਾਵਾਂ ਮੀਨੀ ਸ਼ਰਧਾਲੂ, ਜਿਹੜੇ ਜਿਹੜੇ ਸ਼ਰਧਾਲੂ ਜਿਹੜੇ ਜਿਹੜੇ ਜਿੰਨੇ ਬਾਬੇ ਡੇਰੇ ਨਾਲ ਜੁੜੇ ਆ, ਉਹ ਉਹਨੂੰ ਪਤਾ ਵੀ ਕਿਸੇ ਕੋਲ 2 ਲੱਖ ਗਾਂ ਵਾ, ਕਿਸੇ ਕੋਲ 4 ਲੱਖ ਗਾਂ ਵਾ, ਕਿਸੇ ਕੋਲ 5 ਲੱਖ ਗਾਂ ਵਾ, ਕਿਸੇ ਕੋਲ 3 ਲੱਖ ਗਾਂ ਵਾ। ਉਹ ਫਿਰ ਜਿਹੜੇ ਲੀਡਰ ਹੁੰਦੇ ਆ ਨਾ ਬੜੇ ਤੇਜ਼ ਹੁੰਦੇ, ਉਹ ਕਹਿੰਦੇ ਕੱਲੀ ਕੱਲੀ ਗਾਂ ਦੇ ਕੋਲ ਜੋ ਜਾਣਾ ਗਵਾਲੇ ਕੋਲ ਜਾਓ ਜਿਹੜਾ ਗਾਵਾਂ ਚਾਰਦਾ। ਅੱਛਾ ਉਹ ਏਡੇ ਤੇਜ਼ ਸੀ ਉਹਨੂੰ, ਉਹ ਗਵਾਲਿਆਂ ਕੋਲ ਨਹੀਂ ਗਿਆ, ਉਹ ਗਵਾਲੇ ਕਿਸੇ ਕਰਕੇ ਦਿੱਲੀ ਲੈ ਗਏ। ਸਮਝ ਆਈ ਪਿਆਰੇ? ਉਹ ਸਾਰੇ ਗਵਾਲੇ ਉਹਨਾਂ ਇਕੱਠੇ ਕੀਤੇ, ਦਿੱਲੀ ਬਹਿ ਗਏ ਆਪ ਗਏ ਸਾਹਮਣੇ ਪੀਐਮ ਤੋਂ, ਉਹਨੇ ਬੱਲੇ ਬੱਲੇ ਗਵਾਲੇ ਬਿਠਾਲੇ। ਉਹਦਾ ਮਤਲਬ ਪਤਾ ਕੀ ਸੀ? ਮੀਡੀਆ 'ਚ ਗੱਲ ਜਾਊ ਤੇ ਗਵਾਲੇ ਦੀਆਂ ਜਿੰਨੀਆਂ ਵੀ ਗਾਵਾਂ ਨੇ ਉਹਨੂੰ ਸਮਝ ਲੱਗ ਜੂ ਵੀ ਜੇ ਸਾਡੇ ਗਵਾਲੇ ਉੱਥੇ ਗਏ ਆ ਤੇ ਆਪਾਂ ਵੀ ਵੋਟਾਂ ਉੱਚੀ ਬੋਲੋ ਉੱਥੇ ਪਾਉਣੀਆਂ ਜਿੱਥੇ ਸਾਡੇ ਗਵਾਲੇ ਕਹਿਣਗੇ। ਪਰ ਬਾਬਿਆਂ ਨੂੰ ਸਮਝ ਲੈਣੀ ਚਾਹੀਦੀ ਹੋਣਾ ਕਿ ਜਿੰਨੇ ਮਰਜ਼ੀ ਤੁਹਾਡੇ ਪਿੱਛੇ ਨਾਅਰੇ ਜਕਾਰੇ ਮਾਰਨ ਵਾਲੇ ਆ, ਹੁਣ ਇਹ ਬਾਬੇ ਤੁਹਾਡੇ ਚੇਲੇ ਤੁਹਾਡੇ ਹੁਣ ਆਖੇ ਨਹੀਂ ਲੱਗਦੇ। ਵੇਖੋ ਜੇ ਵੋਟਰ ਸਿਆਣਾ ਹੋ ਜਾਵੇ, ਆ 22 ਆ 27 'ਚ ਫੇ ਆਉਣਾ, ਹੁਣ ਨਵੀਂ ਧਿਰ ਆਈ ਆ, ਨਵੀਂ ਸਰਕਾਰ ਬਣੀ ਆ, ਇਹਨਾਂ ਨੂੰ ਇੱਕ ਚੀਜ਼ ਚਾਹੀਦੀ ਆ, ਹੁਣ ਤੋਂ ਕੰਮ ਕਰਨਾ ਸ਼ੁਰੂ ਕਰ ਦੇਣ। ਜਿਹੜੇ ਜਿਹੜੇ ਪੰਜਾਬ ਦੇ ਮੁੱਦੇ ਆ, ਐਜੂਕੇਸ਼ਨ ਆ, ਹੈਲਥ ਵਾ, ਹਰ ਗੁਰਦੁਆਰੇ ਪੰਜਾਬ ਦੇ 'ਚ ਅਰਦਾਸ ਹੋ ਗਿਆ ਕਿ ਸਾਡਾ ਧੀ ਪੁੱਤ ਬਾਹਰ ਚਲਾ ਜਾਏ ਪੰਜਾਬ 'ਚ, ਇਹ ਪੰਜਾਬ ਦੇ ਉਜਾੜੇ ਦੀਆਂ ਅਰਦਾਸਾਂ ਨੇ ਜਿਹੜੀਆਂ ਅਰਦਾਸਾਂ ਹੋ ਰਹੀਆਂ ਨੇ। ਕਿਹੜੀਆਂ ਨੇ? ਕਿ ਮੈਂ ਆਪਣਾ ਸਾਰਾ ਪਰਿਵਾਰ ਲੈ ਕੇ ਇਸ ਦੇਸ਼ ਵਿੱਚੋਂ ਬਾਹਰ ਚਲਾ ਜਾਵਾਂ ਤੇ ਬੰਨ ਲੱਗੇ ਤੇ ਇੱਥੇ ਰੁਜ਼ਗਾਰ ਦਿੱਤਾ ਜਾਵੇ। ਕਿਸੇ ਵੀ ਬੱਚੇ ਦਾ ਦਿਲ ਨਹੀਂ ਕਰਦਾ ਕਿ ਆਪਣਾ ਮੈਂ ਪਰਿਵਾਰ, ਆਪਣੇ ਬੱਚੇ, ਆਪਣੀ ਇਹ ਸੋਹਣੀ ਫੁਲਵਾੜੀ ਛੱਡ ਕੇ ਜਾਵਾਂ। ਇੰਨਾ ਸੌਖਾ ਨਹੀਂ ਹੁੰਦਾ। ਜਦੋਂ ਕੋਈ ਸਾਡਾ ਪੁੱਤਰ ਧੀ ਵਿਦੇਸ਼ ਜਾਂਦਾ, ਇਹ ਉਹ ਜਾਣਦੇ ਆ ਕਈਆਂ ਦੇ, 2-2 ਸਾਲ ਦੇ ਬੱਚੇ ਸੀ ਜਦੋਂ ਵਿਦੇਸ਼ ਗਿਆ, ਮਗਰੋਂ ਵਿਆਹੁਣ ਵਾਲੇ ਬੱਚੇ ਹੋ ਗਏ, ਉਹ ਆਪਣੇ ਬੱਚਿਆਂ ਦੇ ਵਿਆਹਾਂ ਤੇ ਵੀ ਨਹੀਂ ਆ ਸਕਦੇ। ਇਹ ਸਾਡੀ ਗੰਦੀ ਲੀਡਰਸ਼ਿਪ ਕਰਕੇ। ਜੇ ਇੱਥੇ ਰੁਜ਼ਗਾਰ ਖੋਲਿਆ ਹੋਵੇ, ਇੱਥੇ ਬਿਜ਼ਨਸ ਤਗੜੇ ਤਗੜੇ ਹੁੰਦੇ ਤੇ ਸਾਡੇ ਪੜ੍ਹਿਆ ਲਿਖਿਆ ਨੌਜਵਾਨ, ਕਦੀ ਕਦੀ ਮੈਂ ਨੌਜਵਾਨ ਨੂੰ ਪੁੱਛਦਾ ਕਈਆਂ ਦਾ ਇਸੇ ਕਰਕੇ ਪੜ੍ਹਨ ਨੂੰ ਦਿਲ ਨਹੀਂ ਕਰਦਾ, ਕਹਿੰਦੇ ਕੀ ਕਰੀਏ ਪੜ੍ਹ ਕੇ, ਸਾਡੀ ਦਿਸਦਾ ਕੁਝ ਨਹੀਂ, ਸਾਨੂੰ ਕੁਝ ਦਿਸੇ ਤੇ ਅਸੀਂ ਐਜੂਕੇਸ਼ਨ ਪ੍ਰਾਪਤ ਕਰੀਏ, ਸਾਡੇ ਕੋਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਗੁਣ ਲੈ ਕੇ ਆਈਏ। ਬੰਦ ਨਹੀਂ ਹੋ ਰਹੀ ਜੀ ਆਵਾਜ਼ ਤੁਹਾਡੀ? ਓਕੇ। ਤੋ ਖੈਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਤੋ ਸਭ ਤੋਂ ਵੱਡੀ ਸਮੱਸਿਆ ਇੱਥੇ ਆਣ ਕੇ ਖਲੋਤੀ ਆ ਕਿ ਹੁਣ ਤੋਂ ਹੀ ਜੇ ਮੁੱਦਿਆਂ ਦੀ ਗੱਲ ਹੋਏਗੀ, ਪੰਜਾਬ ਦੇ ਪਾਣੀ ਦੀ ਗੱਲ ਹੈ, ਹੈਲਥ ਦੀ ਗੱਲ ਹੈ, ਐਜੂਕੇਸ਼ਨ ਦੀ ਗੱਲ ਹੈ, ਤੇ ਮੈਨੂੰ ਮੇਰਾ ਮੰਨਣਾ ਇਹ ਆ ਜਦੋਂ 27 ਆਏਗਾ, ਕਿਸੇ ਲੀਡਰ ਨੂੰ ਆਪਣਾ ਹੋਰਡਿੰਗ ਬੋਰਡ ਨਹੀਂ ਲਾਉਣਾ ਪਵੇਗਾ, ਘਰ ਘਰ ਜਾ ਕੇ ਵੋਟਾਂ ਮੰਗਣ ਦੀ ਲੋੜ ਨਹੀਂ ਪਵੇਗੀ। ਲੋਕ ਆਪ ਕਹਿਣਗੇ ਵੀ ਅਗਲੀ ਸਰਕਾਰ ਅਸੀਂ ਇਹੋ ਚੁਣਨੀ ਆ, ਕਿਉਂਕਿ ਇਹਨਾਂ ਨੇ ਸਾਡੇ ਕੰਮ ਕਰਕੇ ਉਠਾਏ ਆ, ਇਹਨਾਂ ਨੇ ਪੰਜਾਬ ਦੀ ਗੱਲ ਕੀਤੀ ਆ, ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆ, ਮੁੱਦਿਆਂ ਦੀ ਗੱਲ ਕੀਤੀ ਆ, ਜੋ ਸਾਨੂੰ ਐਜੂਕੇਸ਼ਨ, ਹੈਲਥ ਜੋ ਚਾਹੀਦਾ ਸੀ ਉਹ ਲੈ ਕੇ ਦਿੱਤਾ, ਤੇ ਜੇ ਨਾ ਕੀਤਾ ਇਹਨਾਂ ਨੂੰ ਤੇ 4-4, 15-15, 18-18 ਆ ਗਈਆਂ, ਤੇ ਸ਼ਾਇਦ ਇਹ ਵੀ ਸੀਟਾਂ 27 ਦੁਬਾਰਾ ਇਹਨਾਂ ਨੂੰ ਉੱਚੀ ਬੋਲੋ ਜੀ ਨਾ। ਇਹ ਤਾਂ ਹੁਣ ਲੀਡਰ ਨੂੰ ਸੋਚਣਾ ਪੈਣਾ
कि मैनू पब्लिक जाना पैना, मैनू काम करना पैना। इतने इहो जिहे लीडर सी, तुसीं देखो पंजाब च इदां दे लीडर सी जिन्हां सामने बहुत सिंपल बंदिया ने बड़े बड़े बोर्ड सोड़े, जिन्हां दे कोई सामने मतलब किन्ने लोग अक्खे पै सी, किन्ने लोग अंदरों खफा सी, जिन्हां सौ खाधी सी कि जदों असीं प्राण त्यागीए ते असीं कुर्सी ते बैठे। जिहड़ा बाणी दा वाक है ना, जित कीता पाई है अपना साकार बुरी क्यों गल गए, जदों पता ना कि जेड़े काम तू कर रहा इहदा कीते होए दा फल तैनू भुगतना पैणा। जे तू नशा पी रहा ते गुरदे खराब होण वाला जिहड़ा रिजल्ट निकलना इहदी तैयारी रखी। जे तू अज पुठे काम कर रहा वा इहदे वास्ते जिहड़े नतीजे निकलने उहदे वास्ते भी तैनू तैयारी रखनी पैणी। जित कीता पाईए अपना साकार बुरी क्यों गल गए, मंदा मूल ना की चाहिए, भुल के भी कभी मंदा काम ना कर। सानू बाणी हमेशा चंगा काम करन दी प्रेरणा दिंदी है। मैं जिहड़ी गल आरंभ च कह चुका, तुम करो भला हम भलो ना जाने। हे अकाल पुरख वाहिगुरु जी, तुसीं हमेशा साडा सारिआं दा भला कीता, पर असीं इन्ने ना शुकरे हाँ, असीं तुहाडा भला नहीं मन्निआ, तुसीं भला करो। हुण रब परमात्मा अकाल पुरख उहदे हुक्म दे मुताबक साडे घर धी आउणा चाहुंदी है। ईमानदारी नाल सोचिओ कि सानू धी का जन्म चंगा लगता। अज लोग गुरुद्वारे च अरदासां करांदे आ, बाबिआं कोल जांदे आ, किन्नियां थावां ते लोकां ने जाके जन्म तों पहलां धीआं मरवाईआं ने, हॉस्पिटलां दे बाहर लिख के लाउणा पिआ कि भ्रूण टैस्ट नहीं कीता जा रहा। इहदा मतलब परमेश्वर सानू धी दे के वी साडा भला करना चाहुंदा, पर सानू इह भला चंगा, उच्ची बोलो जी, तुम कलो भला हम भलो ना जाने।